ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, 7 ਵਜੇ ਦੀ ਬ੍ਰੇਕ 'ਚ ਹੁਣ ਅਸੀਂ ਨੇ ਜਿਹੜੀ ਬੋਲੀ ਦੇ ਲੱਡੂ ਬਣਾਏ ਸੀ ਉਹ ਛਕੇ, ਨਾਲੇ ਚਾਹ ਪੀਤੀ। ਕਾਫੀ ਸਾਰੇ ਬਣ ਗਏ ਸੀ, ਉਹ ਕਿਲੋ ਤਾਂ ਬੋਲੀ ਉਹ ਬਚ ਗਈ ਸੀ, ਕਿਲੋ ਸੂਜੀ ਪੈ ਗਈ ਸੀ ਵਿੱਚ, ਅਤੇ 2 ਕਿਲੋ ਦੇ ਬਣ ਗਏ ਸੀ ਲੱਡੂ, ਵਿੱਚ ਉਹ ਵੀ ਖੰਡ ਵਗੈਰਾ ਵੀ ਸੀ ਦੇਸੀ। ਅਤੇ ਇਹ ਜਿਹੜਾ ਪਨੀਰ ਬੋਲੀ ਵਾਲੇ ਦੁੱਧ ਦਾ, ਲਓ ਜੀ ਕੱਟ ਲਈਏ। ਇਹ ਜਿਹੜਾ ਬੋਲੀ ਵਾਲਾ ਛਿਲੜਾ ਦੁੱਧ ਹੁੰਦਾ, ਇਹ 1 ਕਿਲੋ 'ਚ 1 ਕਿਲੋ ਹੀ ਪਨੀਰ ਨਿਕਲਿਆ ਹੁੰਦਾ, ਨਹੀਂ ਤਾਂ ਵੈਸੇ 1 ਕਿਲੋ ਦੁੱਧ 'ਚੋਂ ਪਾਈ ਆ ਜਾਂ 1/2 ਕਿਲੋ ਨਿਕਲਦਾ, ਇੰਨਾ ਇਹ ਗਾੜਾ ਦੁੱਧ ਹੁੰਦਾ। ਅਤੇ ਇਹਦਾ ਪਨੀਰ ਵੀ ਬਹੁਤ ਸੌਫਟ ਬਣਦਾ। ਇਹ ਹੁਣ ਇੱਧਰ ਲਸਣ, ਪਿਆਜ਼, ਅਦਰਕ, ਟਮਾਟਰ ਕੱਟ ਲੈਂਦੇ ਹਾਂ, ਇਹ ਸਾਰਾ ਕੁਛ ਤਿਆਰ ਹੈ। ਹਰੀ ਮਿਰਚ ਪਾ ਲਾਂਗੇ, ਇਹਦੀ ਗ੍ਰੇਵੀ ਤਿਆਰ ਕਰਦੇ ਹਾਂ ਪਹਿਲਾਂ। ਵਾਹਿਗੁਰੂ ਜੀ, ਇੱਧਰ ਅਸੀਂ ਗ੍ਰਾਇੰਡ ਕਰ ਰਹੇ ਹਾਂ। ਕੀ ਹੋ ਗਿਆ, ਖਰਾਬ ਹੋ ਗਈ? ਚੱਲ ਵੀ ਨਹੀਂ ਰਹੀ, ਚੱਜ ਕਰ ਰਹੀ ਹੈ, ਫਿਰ ਕੀ ਕਰਾਂਗੇ ਹੁਣ? ਦੇਸੀ ਕੰਮ, ਕੁੰਡੀ ਸੋਟਾ, ਕੁੰਡੀ ਸੋਟਾ ਓਨਾ ਬਰੀਕ ਨਹੀਂ ਕਰਦਾ ਹਨਾ, ਇਹਦੇ ਵਾਸਤੇ ਤਾਂ ਬਰੀਕ ਚਾਹੀਦਾ। ਟਮਾਟਰ ਕਿਵੇਂ ਕੁੱਟਾਂਗੇ, ਉਹਦਾ ਕੁੰਡੀ ਚ ਵਾਰ ਹੀ ਭੱਜੂਗਾ। ਵਾਹਿਗੁਰੂ ਜੀ, ਕਈ ਵਾਰ ਤਾਂ ਬਸ ਧਕਮਣੇ ਹੋਈ ਜਾਂਦੇ ਨੇ। ਵਾਹਿਗੁਰੂ ਜੀ, ਵੀਰ ਜੀ ਕਹਿੰਦੇ ਵੀ ਮੈਂ ਥੋੜ੍ਹੀ ਜਿਹੀ ਕਰੀ ਹੈ, ਠੀਕ ਜੀ, ਹੁਣ ਦੇਖੋ ਚਲਾ ਕੇ, ਨਹੀਂ ਤਾਂ ਫਿਰ ਮਸਾਲਾ ਬਿਲਕੁਲ ਆਪਣਾ ਬਰੀਕ ਨਹੀਂ ਹੋਣਾ, ਕਿਉਂਕਿ ਕੁੰਡੀ ਸੋਟੇ ਦਾ ਤਾਂ ਦੈੜ ਜਿਹਾ ਹੀ ਹੁੰਦਾ। ਘੱਟ ਜੀ ਆਵਾਜ਼ ਹੈ ਨਾ, ਸਪੀਡ ਜੀ ਨਹੀਂ ਫੜ ਰਹੀ। ਚੱਲ ਦੇਖਦੇ ਆ ਚਲਾ ਕੇ ਤੁਸੀਂ ਕਿੰਨੀ ਕੁ ਠੀਕ ਕਰੀ ਹੈ। ਪਿਆ ਕੋਈ ਫਰਕ? ਕੌਮੀ ਅੱਗ ਜੀ ਕੱਢਦੀ ਹੈ, ਸਪੀਡ ਤਾਂ ਘਟੀ ਹੋਈ ਹੈ ਨਾ। ਨਹੀਂ ਉਹ ਸੜੇ ਤੋਂ ਫਿਰ ਸਾਰੀ ਮੋਟਰ ਬੰਦੇ ਨੇ, ਨਹੀਂ ਐਵੇਂ ਠੀਕ ਕਰ ਦਿੰਦੇ ਨੇ। ਚਲੋ ਉਹ ਹੋ ਜਾਣਗੇ। ਉਹ ਫਿਰ ਵੀਰ ਜੀ ਕਹਿੰਦੇ ਮੈਂ ਦੇਖਾਂ ਠੀਕ ਕਰਕੇ। ਨਾ ਇਹ ਨਹੀਂ ਹੈਗਾ ਤਾਜ਼ਾ, ਤਾਂ ਪਤੀਲੀ 'ਚ ਕੱਢਤਾ। ਵਾਹਿਗੁਰੂ ਜੀ, ਸਾਡੇ ਤੋਤੇ ਬਹੁਤ ਘੁੰਮਦੇ ਰਹਿੰਦੇ ਨੇ ਅਮਰੂਦਾਂ ਕਰਕੇ। ਵਾਹਿਗੁਰੂ ਜੀ, ਇਹ ਹੁਣ ਕਣਕ ਲੈ ਕੇ ਚੱਲੇ ਨੇ ਆਟਾ ਪਿਹਾਉਣ ਵਾਸਤੇ, ਵੀਰ ਜੀ ਢੋਲ 'ਚੋਂ ਕੱਢ ਰਹੇ ਨੇ।
ਵਾਹਿਗੁਰੂ ਜੀ, ਬਹੁਤ ਜ਼ਿਆਦਾ ਬੱਦਲ ਹੋ ਗਿਆ ਅਤੇ ਸੋਹਣੀ ਹਵਾ ਚੱਲ ਗਈ, ਇਸ ਕਰਕੇ ਅਸੀਂ ਕੁਕਿੰਗ ਹੁਣ ਬਾਹਰ ਕਰਾਂਗੇ। ਸ਼ਾਹੀ ਪਨੀਰ ਬਣਾਉਣ ਲੱਗੇ ਹਾਂ ਅਤੇ ਫਿਰ ਜਦੋਂ ਮੌਸਮ ਠੰਡਾ ਹੁੰਦਾ, ਛਾਂ ਹੁੰਦੀ ਆ, ਹਵਾ ਹੁੰਦੀ ਹੈ, ਫਿਰ ਬਾਹਰ ਬੜਾ ਵਧੀਆ ਲੱਗਦਾ। ਇਹ ਆਪਾਂ ਨੇ ਕੜਾਹੀ 'ਚ ਆਇਲ ਪਾ ਲਿਆ, ਜੀਰਾ ਪਾ ਰਹੇ ਹਾਂ ਅਤੇ ਵਿੱਚ ਨਾਲ ਹੀ ਗ੍ਰੇਵੀ ਤਿਆਰ ਕਰਨ ਵਾਸਤੇ ਜਿਹੜਾ ਮਸਾਲਾ ਗ੍ਰੈਂਡ ਕਰਿਆ ਉਹ ਪਾਇਆ। ਇਹਦੇ ਵਿੱਚ ਲਸਣ, ਪਿਆਜ਼, ਅਦਰਕ, ਹਰੀ ਮਿਰਚ ਅਤੇ ਵਾਹਿਗੁਰੂ ਜੀ, ਸਾਡੀ ਮਿਕਸੀ ਵੀਰ ਜੀ ਨੇ ਥੋੜ੍ਹੀ ਜੀ ਠੀਕ ਜੀ ਕਰਕੇ ਚਲਾਈ ਦਿੱਤੀ, ਨਹੀਂ ਤਾਂ ਕੁੰਡੀ ਸੋਟਾ ਖੜਕਾਉਣਾ ਪੈਂਦਾ ਉਹਦੇ 'ਚ, ਫਿਰ ਬਹੁਤ ਬਾਹਰ ਸਮਾਨ ਗਿਰੀ ਜਾਂਦਾ, ਬੜੀ ਦਿੱਕਤ ਜੀ ਆਉਂਦੀ ਹੈ ਅਤੇ ਨਾਲੇ ਇੰਨਾ ਬਰੀਕ ਨਹੀਂ ਹੁੰਦਾ। ਸਭ ਤੋਂ ਜ਼ਿਆਦਾ ਇਹ ਮੇਨ ਉਹ ਹੈ, ਟਮਾਟਰ ਤਾਂ ਬਿਲਕੁਲ ਹੀ ਨਹੀਂ ਖੜਦਾ ਹੈਗਾ ਕੁੰਡੀ ਸੋਟੇ 'ਚ। ਅਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ। ਭੁੰਨ ਕੇ ਅਸੀਂ ਇੱਕ ਕੌਲੀ 'ਚ ਮਿਰਚ ਅਤੇ ਕਸੂਰੀ ਮੇਥੀ ਪਾ ਲਿਆ ਹੈ। ਹਰੀ ਮਿਰਚ ਅਸੀਂ ਇੱਕੋ ਹੀ ਪਾਈ ਹੈ ਜੀ, ਥੋੜ੍ਹੀ ਹੋਰ ਲਾਲ ਪਾਵਾਂਗੇ, ਦੇਗੀ ਤਾਂ ਹੈ ਨਹੀਂ ਸਾਡੇ ਕੋਲ, ਉਹਦੇ ਨਾਲ ਕਲਰ ਵਧੀਆ ਹੋ ਜਾਂਦਾ। ਚਲੋ ਟਮਾਟਰ ਨਾਲ ਹੋ ਜਾਊਗਾ, ਫਿਰ ਦੂਜੀ ਲਾਲ ਮਿਰਚੀ ਲਈ ਹੈ। ਠੀਕ ਹੈ ਜੀ, ਅਤੇ ਇੱਕ ਇਹ ਕੌਲੀ ਭਰ ਕੇ ਕਰੀਮ ਦੀ ਲਈ ਹੈ ਫਰੈਸ਼, ਇਹ ਐਡ ਕਰਾਂਗੇ ਫਿਰ। ਲਓ ਵਾਹਿਗੁਰੂ ਜੀ, ਮਸਾਲਾ ਬਿਲਕੁਲ ਗ੍ਰੇਵੀ ਤਿਆਰ ਹੈ। ਹੁਣ ਆਪਾਂ ਇਹਦੇ 'ਚ ਪਾ ਦਈਏ ਕਰੀਮ, ਸੋਹਣੀ ਖੁਸ਼ਬੂ ਆਉਣ ਲੱਗ ਗਈ। ਵਾਹਿਗੁਰੂ ਜੀ, ਇੰਨਾ ਸੋਹਣਾ ਬੱਦਲ ਅਤੇ ਹਵਾ ਸੀ ਨਾ, ਧੁੱਪ ਆ ਗਈ ਅਤੇ ਅਸੀਂ ਤਾਂ ਬੜਾ ਆਟਾ ਉੱਟਾ ਵੀ ਸਾਰਾ ਸਮਾਨ ਇੱਥੇ ਚੱਕ ਲਿਆ ਸੀ, ਠੰਡੇ ਠੰਡੇ 'ਚ ਪ੍ਰਸ਼ਾਦਾ ਬਣਾਵਾਂਗੇ। ਹਾਂ ਹਾਂ, ਨਾਲੇ ਤਿੱਖੀ ਜੀ ਹੈ, ਭਾਦੋਂ ਦੀ ਧੁੱਪ ਹੈ, ਫਿਰ ਤਿੱਖੀ ਤਾਂ ਹੋਊਗੀ। ਲਓ ਜੀ, ਖੁਸ਼ਬੂ ਤਾਂ ਬਹੁਤ ਅੱਛੀ ਹੈ, ਚਾਹੇ ਤੁਹਾਨੂੰ ਰੰਗ ਬੰਨ ਜਾਂ ਥੋੜ੍ਹਾ ਜਿਹਾ ਘੱਟ ਵਧੀਆ ਲੱਗਦਾ ਹੋਵੇ, ਕਿਉਂਕਿ ਹਰੀ ਮਿਰਚ ਨਾਲ ਵੀ ਨਾ ਫਿਰ ਲਾ ਉਹ ਕਲਰ ਘੱਟ ਆਉਂਦਾ, ਲਾਲ ਨਾਲ ਜ਼ਿਆਦਾ ਆਉਂਦਾ। ਇਹ ਲਓ ਜੀ, ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਹਾਂ, ਖੁਸ਼ਬੂ ਕਮਾਲ ਦੀ ਹੈ। ਤੁਹਾਨੂੰ ਬੜਾ ਫਿਕਰ ਹੋ ਜਾਂਦਾ ਭਾਬੀ ਦਾ। ਹਾਂ ਵੈਸੇ ਆਹ ਦਰਖਤ ਦੀ ਦਰਖਤ ਕਾਹਦੇ ਵਾਸਤੇ, ਹਵਾ ਤਾਂ ਬਹੁਤ ਸੋਹਣੀ ਹੈ, ਬੱਦਲ ਵੀ ਹੈਗਾ ਪਰ ਧੁੱਪ ਪਤਾ ਨਹੀਂ ਕਿਵੇਂ ਆ ਗਈ, ਨਹੀਂ ਸਾਈਡ ਜੀ ਤੇ ਹੋ ਗਿਆ ਵੈਸੇ ਤਾਂ ਹੈ। ਕਰਨਾ ਦੀਦੀ ਇੱਧਰ ਨੂੰ ਕਰ ਦੂ ਸਰਦਾਰ ਜੀ ਚੱਕ ਕੇ, ਇਹੀ ਜੀ ਕਿਹੜੀ ਗੱਲ ਹੈ। ਲਓ ਜੀ, ਸਾਡਾ ਸ਼ਾਹੀ ਪਨੀਰ ਬਣ ਕੇ ਤਿਆਰ ਹੈ, ਆਪਾਂ ਬੰਦ ਕਰ ਦਿੰਦੇ ਹਾਂ ਹੁਣ ਗੈਸ, ਹਵਾ ਤਾਂ ਬਹੁਤ ਸੋਹਣੀ ਹੈ। ਹਾਂ ਇਹ ਲਓ ਜੀ, ਅੱਜ ਹੋਰ ਖਰੀਦ ਲਿਆ ਕੁਛ, ਇਹ ਬਹੁਤ ਭਾਰੀ ਚਾਦਰ ਹੈ, ਬਸ ਗਲੀ ਦੀਆਂ ਮੰਮੀ ਦੀਆਂ ਸਹੇਲੀਆਂ ਲੈ ਰਹੀਆਂ ਸੀ, ਮੰਮੀ ਨੂੰ ਵੀ ਪਸੰਦ ਆ ਗਈ, ਵੈਸੇ ਤਾਂ ਮੰਮੀ ਐਵੇਂ ਛੇਤੀ ਛੇਤੀ ਚੀਜ਼ ਕੋਈ ਖਰੀਦਦੇ ਨਹੀਂ ਹੁੰਦੇ, ਚਲੋ ਮੰਮੀ ਵੈਸੇ ਦਿਖਾਉਣ ਲੱਗ ਗਈ ਸਾਨੂੰ, ਅਸੀਂ ਕਿਹਾ ਲੈ ਲੈਂਦੇ ਹਾਂ, ਇਹ ਵੀ ਲੈ ਲੈਂਦੇ ਹਾਂ।
मम्मी दे बेड ते बिछा दे करांगे किन्नी दित्ती अम्मी अच्छा मम्मी कह रहे 700 दी कह रहे असि 500 दी दित्ती है फेरी वाले ते लगदी ला दे नाल सराहने भी ने वैसे है लंबी चौड़ी सोहनी है मम्मी नूं एवें दे रंग कड़ा रंगे जे ब्राउन जे कलर बहुत पसंद ने एवें दी ज़्यादातर सूट हुंदे ने मम्मी दे उवें दी चादर लई है चलो ठीक है जी हुण असीं लगीए प्रशादा बनाउण फिर अगली वीडियो च आपां मिलांगे करिए फतेह दी सांझ गुरु महाराज सब दा भला करन वाहिगुरु जी का खालसा वाहिगुरु जी की फतेह लग गई धुप छां हो गई चल लगी आपां इत्थे बाहर ही बनावांगे हाँ हवा नूं मैं रोक के बैठ जन्नी आ <भाई गुरु जी का। laughs>